ਜੀ ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬ ਸੂਬੇ ਦੀਆਂ ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਨਾ ਤਾਂ ਜੋ ਤੁਹਾਡੇ ਕੋਲੋਂ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਤੇ ਨਾਲ ਹੀ ਸਾਰੇ ਸਰੋਤੇ ਵੀਰਾਂ ਨੂੰ ਰਿਕਵੈਸਟਾ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਨਾਲ ਹੀਇ ਤਵਾਂ ਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਜਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤੇ ਨਾਲ ਹੀ ਸ਼ੁਰੂਆਤ ਕਰਦੇ ਆ ਕਰੋਨਾ ਅਪਡੇਟ ਤੋਂ ਪਹਿਲੀ ਵਾਰ ਇੱਕ ਦਿਨ 'ਚ 1 ਲੱਖ ਤੋਂ ਪਾਰ ਕਰੋਨਾ ਦੇ ਨਵੇਂ ਮਾਮਲੇ ਭਾਰਤ 'ਚ ਕਰੋਨਾ ਇਨਫੈਕਸ਼ਨ ਨਾਲ ਹਾਲਾਤ ਬਹੁਤ ਜਿਆਦਾ ਗੰਭੀਰ ਹੁੰਦੇ ਜਾ ਰਹੇ ਹਨ ਪਹਿਲੀ ਵਾਰ ਦੇਚ ਇੱਕ ਦਿਨ 'ਚ 1 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ ਭਾਰਤ ਹੀ ਨਹੀਂ ਦੁਨੀਆ ਦੇ ਕਿਸੇ ਵੀ ਦੇਸ਼ 'ਚ ਇੱਕ ਦਿਨ 'ਚ 1 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਹੌਣ ਤੱਕ ਨਹੀਂ ਮਿਲੇ ਹਨ ਅਮਰੀਕਾ 'ਚ ਇੱਕ ਦਿਨ 'ਚ ਸਭ ਤੋਂ ਜ਼ਿਆਦਾ ਮਾਮਲੇ 78000 ਮਿਲ ਚੁੱਕੇ ਹਨ ਮਹਾਮਾਰੀ ਨਾ ਹੋਣ ਵਾਲੀਆਂ ਮੁਤੱਦਾ ਅੰਕੜਾ ਵੀ ਡਰਾਉਣ ਲੱਗਾ ਹੈ ਬੀਤੇ 24 ਘੰਟਿਆਂ 'ਚ 1500 ਤੋਂ ਜ਼ਿਆਦਾ ਮਰੀਜ਼ਾਂ ਦੀ ਜਾਨ ਚਲੀ ਗਈ ਹੈ ਹਾਲਾਂਕਿ ਸਕੂਨ ਦੀ ਗੱਲ ਇਹ ਵੀ ਹੈ ਕਿ 9000 ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋਏ ਹਨ ਜੋ ਕਿ ਇੱਕ ਦਿਨ 'ਚ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ ਪਬਜੀ ਮੋਬਾਈਲ ਦੀ ਜਲਦ ਹੋ ਸਕਦੀ ਹੈ ਭਾਰਤ 'ਚ ਵਾਪਸੀ ਪਬਜੀ ਮੋਬਾਈਲ ਗੇਮ ਨੂੰ ਡਿਵੈਲਪ ਕਰਨ ਵਾਲੀ ਕੰਪਨੀ ਪਬਜੀ ਕਾਰਪੋਰੇਸ਼ਨ ਨੇ ਚੀਨ ਦੀ ਕੰਪਨੀ ਟੈਂਸੈਂਟ ਗੇਮਸ ਨਾਲ ਰਿਸ਼ਤਾ ਤੋੜਨ ਦਾ ਫੈਸਲਾ ਕੀਤਾ ਹੈ ਦੱਸਦੀ ਹੈ ਕਿ ਪਬਜੀ ਗੇਮ ਨੂੰ ਦੱਖਣ ਕੋਰੀਆ ਦੀ ਕੰਪਨੀ ਪਬਜੀ ਕਾਰਪੋਰੇਸ਼ਨ ਨੇ ਤਿਆਰ ਕੀਤਾ ਪਰ ਭਾਰਤ ਅਤੇ ਚੀਨ ਚ ਚੀਨ ਦੀ ਕੰਪਨੀ ਟੈਂਸੈਂਟ ਗੇਮਸ ਪਬਜੀ ਮੋਬਾਈਲ ਅਤੇ ਪਬਜੀ ਮੋਬਾਈਲ ਲਾਈਟ ਦਾ ਸੰਚਾਲਨ ਕਰਦੀ ਹੈ ਭਾਰਤ ਚ ਪਬਜੀ ਬੈਨ ਹੋਣ ਤੋਂ ਬਾਅਦ ਪਬਜੀ ਕਾਰਪੋਰੇਸ਼ਨ ਨੇ ਕਹਿ ਕੇ ਉਹ ਸਰਕਾਰ ਦੇ ਨਾਲ ਗੇਮ ਦੀ ਵਾਪਸੀ ਨੂੰ ਲੈ ਕੇ ਗੱਲ ਕਰ ਰਹੀ ਹੈ ਉੱਥੇ ਹੀ ਹੁਣ ਕੰਪਨੀ ਨੇ ਕਹਿ ਕੇ ਉਹ ਭਾਰਤੀ ਬਾਜ਼ਾਰ ਚ ਵਾਪਸੀ ਲਈ ਚੀਨੀ ਕੰਪਨੀ ਟੈਂਸਨ ਗੇਮਸ ਨੇ ਆਪਣੇ ਸਾਰੇ ਰਿਸ਼ਤੇ ਖਤਮ ਕਰੇਗੀ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਹੋਇਆ ਬੱਬਰ ਖਾਲਸਾ ਦਾ ਖੜਕੂ ਦਿਲਾਵਰ ਦਾ ਪਰਿਵਾਰ ਆਇਆ ਸਾਹਮਣੇ ਲੁਧਿਆਣਾ ਤੋਂ ਖਬਰ ਆ ਰਹੀ ਹੈ ਜੀ ਦਿੱਲੀ ਪੁਲਿਸ ਵੱਲੋਂ ਹਥਿਆਰਾਂ ਸਮੇਤ ਫੜੇ ਗਏ ਬੱਬਰ ਖਾਲਸਾ ਦੇ ਦੋ ਖੜਕੂਆਂ ਵਿੱਚ ਸ਼ਾਮਿਲ ਭਪਿੰਦਰ ਸਿੰਘ ਉਰਫ ਦਿਲਾਵਰ ਪੁੱਤਰ ਸਰਦਾਰ ਗਗ ਸਿੰਘ ਪਿੰਡ ਤਾਜਪੁਰ ਦਾ ਵਸਨੀਕ ਹੈ ਰਾਮਦਾਸਿਆ ਸਿੱਖ ਪਰਿਵਾਰ ਨਾਲ ਸੰਬੰਧਿਤ ਭਪਿੰਦਰ ਸਿੰਘ ਦੇ ਘਰ ਵਿੱਚ ਉਸ ਦੀ ਪਤਨੀ ਬਲਜਿੰਦਰ ਕੌਰ ਇੱਕ ਬੇਟੀ 7 ਸਾਲ ਅਤੇ ਇੱਕ ਬੇਟਾ 7 ਸਾਲ ਮੌਜੂਦ ਹਨ ਪਪਿੰਦਰ ਸਾੰਗਰੀ ਪਤਨੀਆਂ ਉਸਦੇ ਹਥਿਆਰਾਂ ਸਮੇਤ ਫੜੇ ਜਾਣ ਤੋਂ ਕਾਫੀ ਹੈਰਾਨ ਅਤੇ ਪਰੇਸ਼ਾਨ ਹਨ ਉਸ ਦਾ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਤੇ ਉਸਦੇ ਪਤੀ ਨੂੰ ਝੂਠੇ ਦੋਸ਼ਾਂ ਤਹਿਤ ਫਸਾਇਆ ਗਿਆ ਹੈ ਪੰਜਾਬ ਜੀ ਆਈਲੈਂਡ ਸੈਂਟਰ ਨੂੰ ਮੁੜ ਖੋਲਣ ਲਈ ਮੰਤਰੀ ਨੂੰ ਦਿੱਤਾ ਗਿਆ ਮਮਰੋਂਡਮ ਇਹ ਖਬਰ ਆ ਰਹੀ ਹੈ ਜੀ ਕਰੋਨਾ ਮਹਾਮਾਰੀ ਕਾਰਨ ਪਿਛਲੇ 7 ਮਹੀਨਿਆਂ ਤੋਂ ਬੰਦ ਪਏ ਪੰਜਾਬ ਦੇ ਸਮੂਹ ਆਈਲੈਂਡ ਸੈਂਟਰ ਨੂੰ ਮੁੜ ਖੋਲਣ ਲਈ ਪੰਜਾਬ ਆਈਲੈਂਡਸ ਐਸੋਸੀਏਸ਼ਨ ਦੇ ਬਖਤਰ ਅਣ ਬੀਰ ਸਿੰਘ ਸੱਦੂ ਪੰਜਾਬ ਦੇ ਮਹਕਮਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੈਮੋਰੰਡਮ ਦੇਰ ਪਹੁੰਚੇ ਸਰਦਾਰ ਸੰਦੂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਮੈਮੋਰੰਡਮ ਮਹਕਮਤਈ ਦਿਰਾਇਸਤੇ ਉਹਨਾਂ ਦੇ OSD ਅੰਕਿਤ ਬਾਸਲ ਵੱਲੋਂ ਸਪਕਾਰ ਕੀਤਾ ਗਿਆ ਹੈ ਅਤੇ ਵਿਸ਼ਵਾਸ ਦੁਵਾਇਆ ਹੈ ਕਿ ਪੰਜਾਬ ਦੇ ਸਮੂਹ ਆਈਲੈਂਡ ਸੈਂਟਰ ਜਲਦੀ ਖੁਲਵਾਏ ਜਾਣਗੇ ਤਾਂ ਉਸ ਦੇ ਨਾਲ ਹੀ ਕਬੱਡੀ ਟੂਰਨਾਮੈਂਟ ਚਾਲੂ ਕਰਵਾਉਣ ਲਈ ਖਿਡਾਰੀਆਂ ਨੇ ਡੀਸੀ ਬਰਨਾਲਾ ਨੂੰ ਸੌਪਿਆ ਮੰਗ ਪੱਤਰ ਕਰੋਨਾ ਦੇ ਕੈਰ ਕਰਨ ਜਿੱਥੇ ਹਰ ਤਰ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ ਉਥੇ ਇਸ ਦਾ ਅਸਰ ਹੁਣ ਕਬੱਡੀ ਖੇਡ ਜਗਤ ਤੇ ਵੀ ਪਾਇਆ ਗਿਆ ਜਿਸ ਨੂੰ ਦੇਖਦੇ ਹੋਏ ਪੰਜਾਬ ਕਬੱਡੀ ਐਸੋਸੀਏਸ਼ਨ ਮੈਂਬਰ ਅਤੇ ਵਰਲਡ ਕੱਪ 'ਪਰ ਕਬੱਡੀ ਖੇਡ ਚੁੱਕੇ ਇੰਟਰਨੈਸ਼ਨਲ ਕਬੱਡੀ ਖਿਡਾਰੀਆਂ ਨੇ ਡੀਸੀ ਬਰਨਾਲਾ ਨੂੰ ਮਿਲੇ ਅਤੇ ਪੰਜਾਬ ਸਰਕਾਰ ਨੇ ਨਾਮ ਕਬੱਡੀ ਟੂਰਨਾਮੈਂਟ ਚਾਲੂ ਕਰਵੋ ਲਈ ਪੰਜਾਬ ਦੇ ਕਿਸਾਨਾਂ ਲਈ ਅਹਿਮ ਖਬਰ ਪੰਜਾਬ ਸਰਕਾਰ ਨੇ ਜਾਰੀ ਕੀਤੇ ਇਹ ਹੁਕਮ ਪੰਜਾਬ ਵਿੱਚ ਝੋਨੇ ਦੀ ਪਰਾਲੀ ਸਾੜਨ ਕਰਕੇ ਪੈਦਾ ਹੋਣ ਵਾਲੇ ਪ੍ਰਦੂਸ਼ਣ ਘਟਾਉਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਅਹਿਮ ਹੁਕਮ ਜਾਰੀ ਕੀਤਾ ਗਿਆ ਜਸਲੀ ਸਰਕਾਰ ਨੇ ਕੰਬਾਈਨਰ ਹਾਰਵੈਸਟਰ ਅਤੇ ਸੁਪਰਸਟਾਰ ਮੈਨੇਜਮੈਂਟ ਸਿਸਟਮ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ ਦੱਸਦੀ ਹੈ ਕਿ ਝੋਨੇ ਦੀ ਕਟਾਈ ਸ਼ੁਰੂ ਹੋਣ ਵਿੱਚ ਅਜੇ ਕੁਝ ਸਮਾਂ ਬਾਕੀ ਹੈ ਪਰ ਸਰਕਾਰ ਨੇ ਹੁਣ ਤੋਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕ ਲਈ ਨਰਦੇਸ਼ ਜਾਰੀ ਕਰ ਦਿੱਤੇ ਹਨ ਅਤੇ ਉਸ ਦੇ ਨਾਲ ਹੀ ਪੰਜਾਬ ਪੁਲਿਸ ਦੀ ਵਰਦੀ ਚ ਨਸ਼ਾ ਤਸਕਰੀ ਕਰਨ ਵਾਲੇ ਖਿਲਾਫ ਮਾਮਲਾ ਦਰਜ ਪੰਜਾਬ ਸਰਕਾਰ ਪੰਜਾਬ ਪੁਲਿਸ ਦੀ ਵਰਦੀ ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸਕਰਾ ਖਿਲਾਫ ਮੋਗਾਪੁਰਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਜਾਣਕਾਰੀ ਮੁਤਾਬਕ ਪੁਲਸ ਨੇ ਅੱਜ ਟਰੱਕ ਟਰੈਕਟਰ ਪਿਸਤੌਲ ਤੈਨ ਜਿੰਦਾਕਾਰਤੂਸ ਇੱਕ ਸਬ-ਇੰਸਪੈਕਟਰ ਇੱਕ ਐਸਐਸਏਆਈ ਦੋ ਸਿਪਾਈਆਂ ਤੇ ਵਰਦੀਆਂ ਬਰਾਮਦ ਕੀਤੀਆਂ ਹਨ ਤੋਂ ਉਸ ਦੇ ਨਾਲ ਹੀ ਦਿੱਲੀ ਚ ਬਦਲਦਾਨ ਨੂੰ ਲੱਗਾ ਵੱਡਾ ਝਟਕਾ ਗੁਰਮੀਤ ਸਿੰਘ ਸੰਟੀ ਨੇ ਦਿੱਤਾ ਪਾਰਟੀ ਤੋਂ ਸਤੀਫਾ ਦਿੱਲੀ ਸਾਗਰਦਵਾਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸੰਟੀ ਨੇ ਸ਼੍ਰੋਮਣੀ ਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੰਟੀ ਨੇ ਅਸਤੀਫੇ ਨੂੰ ਬਾਦਲ ਦਲ ਦੇ ਦਿੱਲੀ ਪ੍ਰਦੇਸ਼ ਵਿੱਚ ਇੱਕ ਬਹੁਤ ਵੱਡਾ ਝਟਕਾ ਬਣਿਆ ਜਾ ਰਿਹਾ ਦੱਸਣ ਯੋਗ ਹੈ ਕਿ ਸੰਟੀ ਹੀ ਉਸ ਕਾਇਤ ਕਰਤਾ ਹਨ ਜਿਨ੍ਹਾਂ ਦੀ ਸ਼ਾਇਤਾ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੇ ਕਠਿਤ ਪ੍ਰਸ਼ਟਾਚਾਰ ਦੇ ਮਾਮਲੇ ਕੋਰਟ 'ਚ ਚੱਲ ਰਹੇ ਹਨ ਜ਼ਮੀਨ ਦਾ ਸੌਦਾ ਕਰਕੇ 2 ਲੱਖ ਰੁਪਏ ਪੈਸੇ ਲੈਣ ਤੋਂ ਬਾਅਦ ਨਹੀਂ ਕਰਾਇਆ ਬਿਆਨਾ ਕਸਬਾ ਸਮਾਲ ਸਰਵਿਸ ਕੇ 40 ਕਨਾਲ ਤਨ ਮਰਲੇ ਜ਼ਮੀਨ ਦਾ ਸੌਦਾ ਕਰਕੇ ਪੇਸ਼ਕੀ ਦੇ ਤੌਰ ਤੇ 2 ਲੱਖ ਰੁਪਏ ਲੈ ਕੇ ਤੈਨਾਂ ਵਿਅਕਤੀ ਨੇ ਬੇਰਾਨਾ ਨਾ ਕਰਵਾ ਕਿ ਜ਼ਮੀਨ ਅੱਗੇ ਵੇਚ ਦਿੱਤੀ ਪੀੜਤ ਵਿਅਕਤੀਆਂ ਵੱਲੋਂ ਆਪਣੇ ਨਾਲ ਹੋਈ ਠੱਗੇ ਨੂੰ ਲੈ ਕੇ ਇਨਸਾਫ ਲੈਣ ਲਈ ਪੁਲਿਸ ਨੂੰ ਗੁਹਾਰ ਲਗਾਈ ਗਈ ਹੈ ਤਾਂ ਜੋ ਪੁਲਿਸ ਨੇ ਪੀੜਤ ਵਿਅਕਤੀਆਂ ਦੀ ਸ਼ਿਕਾਇਤ ਤੇ ਤੈਨਾਂ ਵਿਅਕਤੀਆਂ ਖਿਲਾਫ ਤੋਕਾਦੜੀ ਦਿੱਤਾ ਤੇ ਮਾਮਲਾ ਦਰਜ ਕਰਕੇ ਉਹਨਾਂ ਤੇ ਮੁਕੱਦਮਾ ਦਰਜ ਕਰ ਦਿੱਤਾ ਤੇ ਇਹ ਸੰਜੀ ਆਪਣੀ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਕਿਰਪਾ ਕਰਕੇ ਵੀਡੀਓ ਨੂੰ ਵਾਤਵਾਰਤ ਆਪਣੀ ਯਾਰਾਂ ਬਿੱਲੀ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਕਰਨਾ ਤਾਂ ਜੋ ਉਹਨਾਂ ਨੂੰ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਬਾਰੇ ਪਤਾ ਚੱਲ ਸਕੇ ਤੇ ਨਾਲ ਹੀ ਵੀਡੀਓ ਨੂੰ ਵਾਤਵਾਰਤ ਲਾਈਕ ਕਰਨਾ ਧੰਨਵਾਦੀ